असी तो उन्होंने प्रचार करते नहीं कभी वेख्या, असी नहीं वेख्या भी पिंडां च जाके प्रचार करते ने, चर्चा दे विच प्रचार करते ने। जे उन्होंने तो चमत्कार नहीं हो रहा साडा की कसूर, किसी चर्च च चमत्कार नहीं हो रहा साडा की कसूर, पर बाइबल करता है, बाइबल करता है। मैं अज उन्हां लोकां नूं सारिआं लोकां नूं एक बेनती करदा, गवावां पिंड गवाह है, लोग गवाह ने, मेरे घर दे गवाह ने, मेरे नाल चमत्कार होया। मैं तवें नहीं कर रहा, यस्सू हैगा है, यस्सू हैगा है, यस्सू हैगा है, यस्सू हैगा है। हालेलुया हालेलुया, सारिआं नूं जय मसीह की। परमेश्वर तुहानूं बहुत वड्डी बरकत और आशीष देवे। सो खुदावंद दे प्रेमियो, असीं जाणदे हां कि पंजाब दे विच इक मुद्दा है जिहड़ा उह बहुत चलिआ होइआ है, धर्म परिवर्तन और सिख भाईचारा है जिहड़ा उह पग नूं लै के ते चमत्कारां नूं लै के है जिहड़ा उह अपना रोस है जिहड़ा उह कर रिहा हैगा है। असीं धन्नवाद करदे हां जो उन्हां दे मन दे विच गल है, असीं उन्हां दी कदर करदे हां। पर वेखो अज इक होर गल आ, मैं सिख दे जिहड़े पंथ दे जिहड़े मोहतबार बंदे आ, मैं उन्हां दे नाल इक बेनती करना चाहुंदा वां कि अज जिहड़ी मीटिंग होई आ उत्थे तुसीं एक बिशप साहब दे नाल ते एक मैडम जी ने उन्हां दे नाल मीटिंग होई आ, उन्हां ने बयान दिता। पर मैं तुहानूं एक बेनती करना चाहुंदा, मेरी हथ जोड़ के बेनती आ, जिहड़ा तुहाडा मुद्दा है ना चमत्कारां नूं लै के, इहदे विच नहीं हल होना, ਇਹਦੇ ਵਿੱਚ ਨਹੀਂ ਹੱਲ ਹੋਣਾ। ਉਹਨਾਂ ਨੇ ਤੇ ਵਿਵਾਦ ਨੂੰ ਵਧਾਤਾ, ਇਹ ਜਿਹੜੀ ਮੀਟਿੰਗ ਹੋਈ ਆ ਇਹਦੇ ਨਾਲ ਖਲਾਰਾ ਬਹੁਤ ਜ਼ਿਆਦਾ ਪੈ ਜਾਣਾ ਵਾ, ਹੋਰ ਵੀ ਜ਼ਿਆਦਾ। ਤੇ ਮੈਂ ਪੰਥ ਦੇ ਜ਼ਿੰਮੇਵਾਰ ਬੰਦਿਆਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ, ਇਹ ਮਸਲਾ ਉਦੋਂ ਹੱਲ ਹੋਣਾ ਜਦੋਂ ਇੱਕ ਪੈਂਟੀ ਕੋਸਟਲ ਪਾਸਟਰ ਨੂੰ ਵਿੱਚ ਬਿਠਾਓਗੇ, ਕਿਉਂਕਿ ਉਹ ਕਹਿੰਦੇ ਨੇ, ਆਹ ਦੇਖੋ ਸਿੱਧੀ ਖਬਰ ਚੱਲਦੀ ਪਈ ਆ ਕਿ ਜਿਹੜਾ ਚਮਤਕਾਰ ਹੈ ਉਹਦੇ ਨਾਮ ਬਾਈਬਲ ਦਾ ਜਿਹੜਾ ਚਮਤਕਾਰ ਹੈ ਚਰਚ ਦੇ ਵਿੱਚ ਉਹਦੀ ਕੋਈ ਜਗ੍ਹਾ ਨਹੀਂ ਹੈਗੀ, ਇਹੋ ਜਿਹੀ ਕੋਈ ਗੱਲ ਨਹੀਂ ਹੈਗੀ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ, ਮੇਰੀ ਹੰਬਲੀ ਰਿਕੁਐਸਟ, ਜੇ ਇਹ ਮੁੱਦਾ ਜ਼ਿਆਦਾ ਭਟਕ ਜਾਣਾ, ਸਭ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਪੈਂਟੀ ਕੋਸਟਲ ਲੋਕ ਨੇ, ਪੈਂਟੀ ਕੋਸਟਲ ਦਾ ਮਤਲਬ ਬਾਈਬਲ ਵਾਲੇ ਲੋਕ ਨੇ ਜਿਹੜੇ ਬਾਈਬਲ ਦੇ ਸਿਧਾਂਤ ਦਾ ਪ੍ਰਚਾਰ ਕਰਦੇ ਨੇ, ਦੂਜੇ ਵੀ ਕਰਦੇ ਨੇ, ਉਹਨਾਂ ਨੂੰ ਕੋਲ ਬਿਠਾਓ, ਫਿਰ ਮੁੱਦਾ ਹੱਲ ਹੋਣਾ ਹੈ। ਉਹਨਾਂ ਨੇ ਤਾਂ ਸਿੱਧਾ ਹੀ ਕਹਿਤਾ ਜਿਹੜੇ ਪਾਸਟਰਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਇਹ ਤਾਂ ਮੁੱਦਾ ਹੀ ਵੱਧ ਗਿਆ। ਉਹਨਾਂ ਲੋਕਾਂ 'ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਹਿੰਦੂ ਨੇ, ਚਾਹੇ ਮੁਸਲਮਾਨ ਹੈ, ਕੋਈ ਵੀ ਹੈ, ਕਿਸੇ ਨੂੰ ਅਧਿਕਾਰ ਨਹੀਂ ਉਹਨਾਂ ਦੀ ਬੇਅਦਬੀ ਕਰਨ ਦਾ। ਅਗਰ ਚਮਤਕਾਰ ਨਹੀਂ ਹੈ, ਚਮਤਕਾਰ ਨਹੀਂ ਹੈ, ਤਾਂ ਬੁਲਾਓ, ਸਾਡੇ ਕੋਲ ਆਓ, ਪੈਂਟੀ ਕੋਸਟਲ ਲੋਕ ਬਿਠਾਓ, ਅਸੀਂ ਬਾਈਬਲ 'ਚ ਦੱਸਦੇ ਹਾਂ। ਬਾਈਬਲ ਨਾ ਤੁਸੀਂ ਲਿਖੀ, ਨਾ ਮੈਂ ਲਿਖੀ ਹੈ, ਤੇ ਨਾ ਹੀ ਕਿਸੇ ਹੋਰ ਨੇ ਲਿਖੀ ਹੈ। ਬਾਈਬਲ ਸ਼ੁਰੂ ਤੋਂ ਬਣੀ ਹੈ, ਸਾਰੀਆਂ ਬਾਈਬਲਾਂ ਨੂੰ ਵੇਖੋ, ਪਹਿਲੇ ਪੇਜ ਤੋਂ ਐਂਡ ਦੇ ਪੇਜ ਤੱਕ ਅਗਰ ਚਮਤਕਾਰ ਨਹੀਂ ਹੈ ਤੇ ਮੈਂ ਬਾਈਬਲ ਨੂੰ ਰੱਖ ਦੇਣਾ, ਮੈਂ ਦੁਬਾਰਾ ਚਮਤਕਾਰ ਦੀ ਗੱਲ ਨਹੀਂ ਕਰਾਂਗਾ। ਪਰ ਜਿਹੜਾ ਧਰਮ ਸ਼ਾਸਤਰ ਦੇ ਵਿੱਚ ਲਿਖਿਆ ਉਹਨਾਂ ਨੂੰ ਬਿਸ਼ਪ ਕੀ, ਸਰਕਾਰਾਂ ਕੀ, ਕੋਈ ਧਰਮ ਦਾ ਨੁਮਾਇੰਦਾ ਕੀ ਉਹਨੂੰ ਨਹੀਂ ਰੋਕ ਸਕਦਾ। ਇਹ ਤੇ ਸਿੱਧਾ ਹੀ ਪੈਂਟੀਕੋਸਟਲ ਲੋਕਾਂ ਤੇ ਵਾਰ ਕਰਤਾ। ਅਸੀਂ ਬਾਈਬਲ ਨੂੰ ਮੰਨਣ ਵਾਲੇ ਲੋਕ, ਅਸੀਂ ਇਹ ਜਿਹੜਾ ਪੈਂਟੀਕੋਸਟਲ ਪ੍ਰਚਾਰਕ ਸਾਰੀ ਬਾਈਬਲ ਭਰੀ ਪਈ ਹੈ, ਅਸੀਂ ਵਿਖਾਨੇ ਆ ਤੁਹਾਨੂੰ, ਅਸੀਂ ਦਿਖਾਨੇ ਆ ਤੁਹਾਨੂੰ ਜਿਹਦੇ ਵਿੱਚ ਲਿਖਿਆ ਅੰਨੇ ਨੇ ਵੇਖਿਆ, ਜਿਹਦੇ ਵਿੱਚ ਲਿਖਿਆ ਲੰਗੜਾ ਤੁਰਿਆ, ਜਿਹਦੇ ਵਿੱਚ ਲਿਖਿਆ ਮੁਰਦਾ ਜਿੰਦਾ ਹੋਇਆ, ਬੋਲੇ ਨੇ ਸੁਣਿਆ, ਕੋੜੀ ਛੋਦ ਹੋਏ, ਤਾਂ ਬਾਈਬਲ 'ਚ ਲਿਖਿਆ। ਇਹਦਾ ਮਤਲਬ ਬਿਸ਼ਪ ਸਾਹਿਬ ਨੇ ਤਾਂ ਸਿੱਧਾ ਹੀ ਕਹਿ ਦਿੱਤਾ, ਇਹ ਜਿਹੜੀ ਕਮੇਟੀ ਨੇ ਸਿੱਧਾ ਹੀ ਕਹਿ ਦਿੱਤਾ ਚਮਤਕਾਰ ਨਹੀਂ, ਇਹਦਾ ਮਤਲਬ ਬਾਈਬਲ ਨੂੰ ਰੱਦ ਦੇ ਪਏ ਜੇ। ਬਾਈਬਲ ਕਦੀ ਨਿਰਦਿਸ਼ ਨਹੀਂ, ਬਾਈਬਲ ਦਾ ਮੈਂ ਪ੍ਰਚਾਰ ਕਰਦੇ ਰਹਿਣਾ, ਚਾਹੇ ਮੇਰੀ ਧੌਣ ਲਾ ਦੇਵੋ, ਚਾਹੇ ਜੋ ਮਰਜ਼ੀ ਹੋ ਜਾਏ, ਚਾਹੇ ਸਰਕਾਰ ਰੋਕ ਲਵੇ, ਜਿਹਦੇ 'ਚ ਤਾਕਤ ਉਹ ਰੋਕ ਲੈ, ਜੋ ਬਾਈਬਲ 'ਚ ਲਿਖਿਆ ਮੈਂ ਬੋਲਾਂਗਾ। ਮੈਨੂੰ ਸ਼ਰਮ ਆਉਂਦੀ ਹੈ, ਅੱਜ ਸਾਰੇ ਪੈਂਟੀਕੋਸਟਲ ਪਾਸਟਰ ਚੁੱਪ ਕਰਕੇ ਬਹਿ ਗਏ ਜੀ, ਆ ਉੱਥੇ ਉਹਨਾਂ ਦੀਆਂ ਮੂਰਤਾਂ ਟੁੱਟੀਆਂ ਚਰਚ ਦੇ ਵਿੱਚ। ਸਭ ਤੋਂ ਜ਼ਿਆਦਾ ਰਸ਼ ਕਿਹਨਾਂ ਦਾ? ਪੈਂਟੀਕੋਸਟਲ ਪਾਸਟਰਾਂ ਦਾ। ਜਦੋਂ ਵੀ CNI ਤੇ ਕੈਥੋਲਿਕ ਤੇ ਕਿਸੇ 'ਤੇ ਵੀ ਹਮਲਾ ਹੋਵੇ, ਸਭ ਤੋਂ ਜ਼ਿਆਦਾ ਰਸ਼ ਪੈਂਟੀਕੋਸਟਲ ਲੋਕਾਂ ਦਾ, ਕਿ ਅੱਜ ਹੀ ਉਹ ਐਂਗਲੀਕਨ ਚਰਚ 'ਤੇ ਹਮਲਾ ਹੋਵੇ, ਸਭ ਤੋਂ ਜ਼ਿਆਦਾ ਰਸ਼ ਪੈਂਟੀਕੋਸਟਲ ਪਾਸਟਰਾਂ ਦਾ। ਤੇ ਅੱਜ ਜੋ ਕਹੀ ਜਾਂਦੇ ਨੇ ਉਹ ਇਹ ਕਹਿੰਦੇ ਨੇ ਵੀ ਇਹ ਪਾਸਟਰ ਹੀ ਨਹੀਂ ਗੇ, ਇਹ ਪਖੰਡੀ ਪਾਸਟਰ ਨੇ, ਤੇ ਦੋ ਜਵਾਬ ਉਹਨਾਂ ਨੂੰ। ਸਭ ਤੋਂ ਜ਼ਿਆਦਾ ਮਰੀਕਲ ਉਹਨਾਂ ਦੀ ਚਰਚ 'ਚ ਨਹੀਂ ਹੁੰਦਾ, ਤੇ ਸਾਡਾ ਕੀ ਕਸੂਰ? ਜੇ ਚਰਚਾਂ ਦੇ ਵਿੱਚ ਚਮਤਕਾਰ ਹੁੰਦਾ ਹੈ ਤੇ ਬਾਈਬਲ 'ਚ ਲਿਖਿਆ ਸੀ, ਬਾਈਬਲ ਦੇ ਅਧੀਨ ਚੱਲਦੇ ਹਾਂ। ਜਥੇਦਾਰ ਸਾਹਿਬ, ਤੁਸੀਂ ਮੀਟਿੰਗ ਬੁਲਾਈ ਹੈ, ਮੈਂ ਤੁਹਾਡਾ ਗਿਆਨ ਹੈ ਤੁਹਾਡੇ ਕੋਲ ਬਹੁਤ ਹੈ, ਸਟੱਡੀ ਬਹੁਤ ਹੈ, ਮੈਂ ਕਦਰ ਕਰਦਾ ਤੁਹਾਡੇ ਪੰਥ ਦੀ, ਤੁਹਾਡੀ ਮੈਂ ਸਲਾਮ ਕਰਦਾ, ਪਰ ਤੁਸੀਂ ਮੀਟਿੰਗ ਬੁਲਾਈ ਹੈ ਵਿਵਾਦ ਨੂੰ ਠੱਪਣ ਦੀ, ਇਹ ਵਿਵਾਦ ਤਾਂ ਹੋਰ ਵੀ ਜ਼ਿਆਦਾ ਭੱਖ ਗਿਆ, ਇਹ ਤਾਂ ਬਹੁਤ ਜ਼ਿਆਦਾ ਮੁੱਦਾ ਗਰਮ ਹੋ ਗਿਆ। ਇਹਨੂੰ ਵੇਖੋ, ਤੁਸੀਂ ਬਾਈਬਲ 'ਚ ਲਿਖਿਆ ਤੇ ਕਰੋ, ਅਸੀਂ ਕਹਿੰਦੇ ਜੋ ਗ੍ਰੰਥ ਸਾਹਿਬ 'ਚ ਲਿਖਿਆ ਤੁਸੀਂ ਕਰੋ, ਜੋ ਗੀਤਾ 'ਚ ਲਿਖਿਆ ਤੁਸੀਂ ਕਰੋ, ਜੋ ਕੁਰਾਨ 'ਚ ਲਿਖਿਆ ਤੁਸੀਂ ਕਰੋ, ਜੋ ਤੁਹਾਡਾ ਦਿਲ ਕਰਦਾ ਕਰੋ। ਅੱਜ ਪੈਂਟੀਕੋਸਟਲ ਹਰ ਇੱਕ ਬੰਦਾ ਚੁੱਪ ਕਿਉਂ ਬਵੇ?
ਅਸੀਂ ਕਿਉਂ ਚੁੱਪ ਪਈਏ? ਅਸੀਂ ਕਹਿੰਦੇ ਹਾਂ ਬਾਈਬਲ ਦੇ ਬਾਹਰ ਜਿਹੜੀ ਗੱਲ ਅਸੀਂ ਉਹਨੂੰ ਛੱਡਦੇ ਹਾਂ। ਤੁਸੀਂ ਸਮਝਾਓ ਕਿ ਭਾਈ ਆ ਬਾਈਬਲ 'ਚ ਬਾਹਰ ਗੱਲ ਹੈ ਉਹਨੂੰ ਛੱਡ ਦਵੋ। ਇਹ ਤੇ ਮੀਟਿੰਗ ਹੈ ਜਿਹੜੀ ਸਿੱਧੀ, ਤੁਸੀਂ ਵੇਖਿਆ ਇਹਦੇ 'ਚ ਕਿੰਨੇ ਜਣੇ ਸਹਿਮਤ ਆ। ਤੁਸੀਂ ਉਹਨਾਂ ਨੂੰ ਉਹ ਜਿਹੜਾ ਉਹਨਾਂ ਨੂੰ ਜਿਹੜਾ ਸਨਮਾਨ ਚਿੰਨ ਦੇ ਦਿੱਤਾ, ਹਰਿਮੰਦਰ ਸਾਹਿਬ ਦੀ ਫੋਟੋ ਦੇ ਦਿੱਤੀ, ਅਸੀਂ ਕਦਰ ਕਰਦੇ, ਉਹਨਾਂ ਨੇ ਕੀ ਦਿੱਤਾ? ਉਹਨਾਂ ਨੇ ਕੀ ਸਬੂਤ ਦਿੱਤਾ ਕਿ ਅਸੀਂ ਮਸੀਹ ਲੋਕ ਹਾਂ? ਅਸੀਂ ਤਾਂ ਉਹਨਾਂ ਨੂੰ ਪ੍ਰਚਾਰ ਕਰਦੇ ਨਹੀਂ ਕਦੀ ਵੇਖਿਆ, ਅਸੀਂ ਨਹੀਂ ਵੇਖਿਆ ਵੀ ਪਿੰਡਾਂ 'ਚ ਜਾ ਕੇ ਪ੍ਰਚਾਰ ਕਰਦੇ ਨੇ, ਚਰਚਾਂ ਦੇ ਵਿੱਚ ਪ੍ਰਚਾਰ ਕਰਦੇ ਨੇ। ਜੇ ਉਹਨਾਂ ਤੋਂ ਚਮਤਕਾਰ ਨਹੀਂ ਹੋ ਰਿਹਾ ਸਾਡਾ ਕੀ ਕਸੂਰ? ਕਿਸੇ ਚਰਚ 'ਚ ਚਮਤਕਾਰ ਨਹੀਂ ਹੋ ਰਿਹਾ ਸਾਡਾ ਕੀ ਕਸੂਰ? ਪਰ ਬਾਈਬਲ ਕਰਦਾ ਹੈ, ਬਾਈਬਲ ਕਰਦਾ ਹੈ। ਮੈਂ ਅੱਜ ਉਹਨਾਂ ਲੋਕਾਂ ਨੂੰ, ਸਾਰਿਆਂ ਲੋਕਾਂ ਨੂੰ ਇੱਕ ਬੇਨਤੀ ਕਰਦਾ, ਜੇ ਤੁਸੀਂ ਕਹਿੰਦੇ ਨਾ ਅਸੀਂ ਪ੍ਰਭੂ ਦੇ ਲੋਕ ਹਾਂ, ਚਾਹੇ ਕੋਈ ਮੁਲਾਜ਼ਮ ਹੈ, ਚਾਹੇ ਕੋਈ ਭਾਂਡੇ ਮਾਂਜਣ ਵਾਲਾ ਹੈ, ਚਾਹੇ ਕੋਈ ਘਰਾਂ 'ਚ ਕੰਮ ਕਰਨ ਵਾਲਾ, ਕੋਈ ਵੀ ਹੈ, ਅੱਜ ਸ਼ਾਮ ਤੱਕ ਫੇਸਬੁੱਕ ਦਾ ਚੈਂਬਰ ਰੈਂਕ ਕਰ ਦਵੋ, ਰਿਪੋਰਟਾਂ ਲੈ ਕੇ ਲਾਈਵ ਹੋ ਜਾਓ, ਛੱਤਾਂ 'ਚ ਹੋ ਜਾਓ, ਗਲੀਆਂ 'ਚ ਹੋ ਜਾਓ, ਘਰਾਂ 'ਚ ਜਾ ਕੇ ਪ੍ਰਚਾਰ ਕਰੋ ਕਿ ਪ੍ਰਭੂ ਨੇ ਸਾਨੂੰ ਚੰਗਾ ਕੀਤਾ। ਉਹ ਪਾਸਟਰ ਦਾ ਨਾਂ ਲਵੋ ਕਿ ਸਾਨੂੰ ਜਿਹੜਾ ਇਹਨੇ ਦੁਆ ਕੀਤੀ ਤੇ ਚੰਗੇ ਹੋਏ ਆ, ਨਾ ਲਵੋ। ਅੱਜ ਗਵਾਹੀ ਦਾ ਟਾਈਮ ਹੈ, ਤੁਸੀਂ ਇੱਕ ਕਮਰੇ 'ਚ ਗਵਾਹੀ ਦਿੰਦੇ ਹੋ, ਇਹ ਬਾਣੀ 'ਚ ਨਹੀਂ ਲਿਖਿਆ ਹੋਇਆ, ਬਾਣੀ 'ਚ ਲਿਖਿਆ ਛੱਤਾਂ 'ਤੇ ਚਾੜ ਦਿਓ, ਧਰਤੀ ਦੇ ਕੋਨੇ ਕੋਨੇ ਤੱਕ ਤੁਸੀਂ ਗਵਾਓ, ਗਵਾਹੀ ਦਵੋ ਆਪਦੀ। ਇਹ ਸਿੱਧਾ ਹੀ ਵਾਰ ਕਰਤਾ ਬਾਈਬਲ 'ਤੇ, ਚਮਤਕਾਰ ਨਹੀਂ। ਜੇ ਬਾਈਬਲ 'ਚ ਨਹੀਂ ਚਮਤਕਾਰ ਤੇ ਉਹ ਪੇਜ ਨੂੰ ਪੱਟ ਦਵੋ, ਪੱਟ ਦਵੋ। ਮੈਂ ਬਾਈਬਲ ਲੈ ਕੇ ਆਉਂਦਾ, ਦੱਸੋ ਕਿੱਥੇ ਲੈ ਕੇ ਆਵਾਂ? ਇਹ ਰਾਜਨੀਤੀ ਹੈ, ਇਹ ਸਰਕਾਰਾਂ ਦੰਗੇ ਫਸਾਨਾ ਚਾਹੁੰਦੀਆਂ ਨੇ। ਹਰ ਇੱਕ ਕਿਸੇ ਨੂੰ ਅੱਜ ਆਪਦੀ ਕੁਰਸੀ ਦੀ ਪਈ ਹੈ, ਪੰਜਾਬ ਦੀ ਨਹੀਂ ਗੀ। ਹਰ ਇੱਕ ਬੰਦਾ ਜਿਹੜਾ ਉਹ ਪੰਥ ਦਾ ਮੋਤਬਾਰ ਹੈ, ਉਹ ਕਹਿੰਦਾ ਮੇਰੀ ਕੁਰਸੀ ਬਾਜਾ। ਉਹ ਕ੍ਰਿਸ਼ਨੈਲਿਟੀ ਦਾ ਮੋਤਬਾਰ, ਉਹ ਕਹਿੰਦਾ ਮੇਰੀ ਕੁਰਸੀ ਬਾਜਾ। ਉਹ ਖੁਦਾ ਦੇ ਲੋਕੋ, ਬਾਈਬਲ ਕੀ ਕਹਿੰਦੀ ਉਹ ਦੱਸੋ। ਬਾਈਬਲ 'ਚ ਲਿਖਿਆ ਚਮਤਕਾਰ ਹੈ, ਹੋਣਗੇ ਤੇ ਹੁੰਦੇ ਰਹਿਣਗੇ। ਅਜੇ ਤਾਂ ਚਮਤਕਾਰਾਂ ਦੀ ਗੱਲ ਨਹੀਂ ਹੈ, ਪ੍ਰਭੂ ਯਿਸੂ ਮਸੀਹ ਦੇ ਨੇ ਯਕੀਨ ਕਰਦੇ ਪਏ, ਉਹ ਪਵਿੱਤਰ ਆਤਮਾ ਤੋਂ ਪੈਦਾ ਹੋਇਆ ਹੈ। ਤੇ ਬਾਈਬਲ 'ਚ ਲਿਖਿਆ ਉਹਨੇ ਫੇਰ ਆਉਣਾ ਹੈ, ਦੁਬਾਰਾ ਆਉਣਾ ਆਪਦੇ ਲੋਕਾਂ ਨੂੰ ਲੈਣ ਦੇ ਲਈ। ਤੁਸੀਂ ਬਾਈਬਲ ਨੂੰ ਦਬਾ ਰਹੇ ਹੋ, ਬਾਈਬਲ ਨੂੰ ਦੱਬ ਰਹੇ ਹੋ। ਬਾਈਬਲ ਨਹੀਂ ਦਬੀਚਣੀ, ਨਹੀਂ ਦਬੀਚਣੀ। ਚਾਹੇ ਗੋਲੀ ਮਾਰ ਦਿਓ, ਧੌਣ ਲਾ ਦਿਓ, ਬੱਚੇ ਸਾੜ ਦਿਓ, ਜੋ ਮਰਜ਼ੀ ਕਰ ਦਵੋ, ਨਹੀਂ ਦਬੀਚਣੀ। ਮੈਨੂੰ ਸ਼ਰਮ ਆਉਂਦੀ ਜੀ ਉਹਨਾਂ ਲੋਕਾਂ ਤੇ। ਤੁਸੀਂ ਚਰਚਾਂ 'ਚ ਜਾ ਸਕਦੇ ਜੇ ਗਵਾਈਆਂ, ਆਪਣੇ ਘਰਾਂ 'ਚ ਲਾਈਵ ਹੋਵੋ, ਆਪਣੀਆਂ ਗਲੀਆਂ 'ਚ ਲਾਈਵ ਹੋਵੋ। ਉਹ ਰੱਬ ਦੇ ਲੋਕਾਂ ਕਿੱਥੇ ਗਿਆ ਚਲੇ ਜੇ ਤੁਸੀਂ? ਹੁਣ ਜੇ ਤੁਹਾਨੂੰ ਪ੍ਰਧਾਨਗੀ ਚਾਹੀਦੀ ਹੈ, ਹੁਣ ਜੇ ਤੁਹਾਨੂੰ ਭੀੜਾਂ ਚਾਹੀਦੀਆਂ ਨੇ, ਅੱਜ ਬਾਈਬਲ ਦੱਬੀ ਜਾ ਰਹੀ ਹੈ, ਬਾਈਬਲ ਦੱਬੀ ਜਾ ਰਹੀ ਹੈ। ਜੇ ਬਾਈਬਲ 'ਚ ਨਹੀਂ ਲਿਖਿਆ ਚਮਤਕਾਰ, ਤੇ ਮੈਂ ਸਾਰਿਆਂ ਦੇ ਸਾਹਮਣੇ ਇਹ ਸਵੀਕਾਰ ਕਰਦਾ, ਮੈਨੂੰ ਹਰਿਮੰਦਰ ਸਾਹਿਬ ਦੇ ਵਿੱਚ ਲੈ ਕੇ ਜਾਓ ਤੇ ਮੈਨੂੰ ਅੰਮ੍ਰਿਤ ਛਕਾ ਦਵੋ। ਮੈਂ ਤਿਆਰ ਹਾਂ, ਮੈਂ ਤੁਹਾਡੇ ਪੰਥ ਦੇ ਅੱਗੇ ਝੁਕਣ ਲਈ ਤਿਆਰ ਹਾਂ। ਜੇ ਬਾਈਬਲ 'ਚ ਨਹੀਂ ਲਿਖਿਆ ਤਾਂ, ਜੇ ਬਾਈਬਲ 'ਚ ਲਿਖਿਆ ਹੈ ਉਹਨੂੰ ਕਰਨ ਤੋਂ ਕੋਈ ਤਾਕਤ ਨਹੀਂ ਰੋਕ ਸਕਦੀ। ਅੱਜ ਪੂਰੀ ਦੁਨੀਆ ਭਰੀ ਪਈ ਪੈਂਟੀਕੋਸਟਲ ਲੋਕਾਂ ਦੇ ਨਾਲ, ਤੇ ਪੈਂਟੀਕੋਸਟਲ ਲੋਕ ਚੁੱਪ ਕਰ ਗਏ, ਸਵੇਰ ਦਾ ਕੋਈ ਨਹੀਂ ਬੋਲਦਾ ਪਿਆ। ਬੋਲੋ, ਇਕੱਠੇ ਹੋਵੋ। ਜਦੋਂ ਇਕੱਠ ਕਰਨਾ ਪੈਂਟੀਕੋਸਟਲ ਲੋਕ, ਜਦੋਂ ਕੋਈ ਮੁਸੀਬਤ ਆ ਜਾ ਪੈਂਟੀਕੋਸਟਲ ਲੋਕ, ਜਦੋਂ ਕੋਈ ਕੰਮ ਨਾ ਹੋਵੇ ਪੈਂਟੀਕੋਸਟਲ ਲੋਕ, ਤੇ ਅੱਜ ਤੁਹਾਨੂੰ ਚਾਹੀਦੇ ਨਹੀਂ ਹੈ। ਇਹ ਬਾਈਬਲ 'ਚ ਲਿਖਿਆ, ਇਹ ਬਾਈਬਲ 'ਚ ਲਿਖਿਆ, ਬਾਈਬਲ ਦੇ ਅਕੋਰਡਿੰਗ ਹਰ ਇੱਕ ਸੇਵਾ ਕਰਦਾ ਪਿਆ। ਮੇਰੀ ਬੇਨਤੀ, ਜੇ ਇਹਨੂੰ ਕੋਈ ਨਹੀਂ ਦੱਬ ਸਕਦਾ, ਜੇ ਨਾ ਇਹ ਦਬੀਚਣੀ ਹੈ, ਇਕੱਲਾ ਉਹ ਬਿਸ਼ਪ ਸਾਹਿਬ ਤੇ ਮੈਡਮ ਤੇ ਕਿਸੇ ਨੇ ਜੇ ਰੁਕਣਾ, ਜੇ ਕੋਈ ਰੁਕਣਾ ਹੈ ਤੇ ਜੋ ਮਰਜ਼ੀ ਕਰ ਲਵੇ, ਉਹਨਾਂ ਦੀ ਸੁਣ ਲੈ। ਇੱਕ ਪਾਸੇ ਬਾਈਬਲ, ਜੇ ਇੱਕ ਪਾਸੇ ਆਹ ਧਰਮ ਦੇ ਜਿਹੜੇ ਨੁਮਾਇੰਦੇ ਨੇ ਉਹ ਨੇ, ਬਾਈਬਲ ਦੀ ਮੰਨ ਲਓ ਜਾਂ ਧਰਮ ਦੇ ਨੁਮਾਇੰਦਿਆਂ ਦੀ ਮੰਨ ਲਵੋ। ਜੇ ਬਾਈਬਲ 'ਚ ਨਹੀਂ ਲਿਖਿਆ ਤਾਂ ਦੱਸੋ, ਮੈਂ ਦੱਸਦਾ ਵਾਂ, ਮੈਨੂੰ ਬੁਲਾਵੋ। ਜੇਕਰ ਉਹ ਝੂਠਾ ਹੈ ਤਾਂ ਮੈਨੂੰ ਦੱਸੋ, ਮੈਨੂੰ ਜਿਹੜਾ ਮਰਜ਼ੀ ਧਰਮ 'ਚ ਕਨਵਰਟ ਕਰ ਦਵੋ। ਚਮਤਕਾਰ ਹੋਇਆ ਮੇਰੇ ਨਾਲ, ਹੋਇਆ ਚਮਤਕਾਰ। ਗਵਾਵਾਂ, ਪਿੰਡ ਗਵਾ ਹੈ, ਲੋਕ ਗਵਾ ਨੇ, ਮੇਰੇ ਘਰ ਦੇ ਗਵਾ ਨੇ, ਮੇਰੇ ਨਾਲ ਚਮਤਕਾਰ ਹੋਇਆ। ਮੈਂ ਐਵੇਂ ਨਹੀਂ ਗੱਜ ਰਿਹਾ ਹੈਗਾ, ਯੱਸੂ ਹੈਗਾ ਹੈ, ਯੱਸੂ ਹੈਗਾ ਹੈ, ਯੱਸੂ ਹੈਗਾ ਹੈ, ਯੱਸੂ ਹੈਗਾ ਹੈ, ਚਮਤਕਾਰ ਹੈਗੇ ਨੇ। ਉਹ ਪਵਿੱਤਰ ਆਤਮਾ ਨਾਲ ਪੈਦਾ ਹੋਇਆ, ਉਹਨੇ ਫੇਰ ਆਉਣਾ ਹੈਗਾ ਹੈ। ਜੈ ਮਸੀਹ ਦੀ।